ਸ਼ਾਂਤੀ। ਅੱਜ ਸੰਸਾਰ ਵਿੱਚ ਅਸੀਂ ਕਈ ਤਰ੍ਹਾਂ ਦੇ ਕਲਾਕਾਰ ਦੇਖਦੇ ਹਾਂ ਅਤੇ ਹਰ ਕਲਾਕਾਰ ਦੀ ਆਪਣੀ ਆਪਣੀ ਕਲਾ ਦੀ ਰੰਗਤ ਹੁੰਦੀ ਹੈ। ਜਿਵੇਂ ਕਿ ਅੱਜ ਸੰਸਾਰ ਵਿੱਚ ਸੰਗੀਤ ਕਲਾ ਹੈ, ਚਿੱਤਰ ਕਲਾ ਹੈ, ਗਾਉਣ ਦੀ ਕਲਾ ਹੈ, ਡਾਂਸ ਦੀ ਕਲਾ ਹੈ, ਖੇਲ ਕੁਦ ਵੀ ਇੱਕ ਕਲਾ ਹੀ ਕਿਹਾ ਜਾਏਗਾ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੀਆਂ ਕਲਾ ਹਨ ਅਤੇ ਹਰ ਕਲਾਕਾਰ ਆਪਣੀ ਕਲਾ ਦੇ ਵਿੱਚ ਨਿਪੁੰਨ ਹੁੰਦਾ ਜਾ ਰਿਹਾ ਹੈ। ਦਿਨੋ ਦਿਨ ਕਲਾ ਵੱਧਦੀ ਜਾ ਰਹੀ ਹੈ, ਕਲਾ ਦੀ ਨਿਪੁੰਨਤਾ ਵੀ ਵੱਧਦੀ ਜਾ ਰਹੀ ਹੈ, ਕਿਉਂਕਿ ਜੀਵਨ ਵਿੱਚ ਕਲਾ ਦਾ ਨਿਖਾਰ ਕਰਨਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਅਸੀਂ ਕਲਾ ਸਿੱਖ ਲਈਏ ਪਰ ਉਸ ਕਲਾ ਦੇ ਵਿੱਚ ਅੱਗੇ ਨਾ ਵਧੀਏ ਤਾਂ ਜੀਵਨ ਵਿੱਚ ਸੰਤੁਸ਼ਟੀ ਵੀ ਨਹੀਂ ਆਉਂਦੀ, ਜੀਵਨ ਵਿੱਚ ਸੱਚਾ ਸੁੱਖ ਵੀ ਨਹੀਂ ਮਿਲਦਾ। ਸੋ ਅਸੀਂ ਦੇਖਦੇ ਹਾਂ ਕਿ ਅਨੇਕ ਤਰ੍ਹਾਂ ਦੀਆਂ ਕਲਾ ਹਨ, ਪਰ ਉਹਨਾਂ ਕਲਾ ਦੇ ਵਿੱਚ ਵੀ ਨਿਪੁੰਨਤਾ ਕਿਵੇਂ ਆ ਸਕਦੀ ਹੈ, ਜਿਸ ਨੂੰ ਕਿਹਾ ਜਾਏਗਾ ਸੰਪੂਰਨ ਨਿਪੁੰਨਤਾ, ਯਾਨੀ ਕਿ ਆਪਣੀ ਕਲਾ ਦੇ ਵਿੱਚ ਪੂਰੀ ਪਰਫੈਕਸ਼ਨ ਅਸੀਂ ਕਿਵੇਂ ਲਿਆ ਸਕਦੇ ਹਾਂ, ਇਹ ਵੀ ਸਾਨੂੰ ਸੋਚਣ ਦੀ ਜ਼ਰੂਰਤ ਹੈ। ਕਲਾ ਦੇ ਦੁਆਰਾ ਸਾਨੂੰ ਇੰਦਰੀਆਂ ਦਾ ਰਸ ਮਿਲਦਾ ਹੈ, ਜਾਂ ਇੰਦਰੀਆਂ ਦਾ ਸੁੱਖ ਕਹਿ ਸਕਦੇ ਹਾਂ, ਮਨ ਦਾ ਸੁੱਖ ਕਹਿ ਸਕਦੇ ਹਾਂ, ਉਹ ਸਾਨੂੰ ਮਿਲਦਾ ਹੈ। ਪਰੰਤੂ ਅਨੇਕ ਕਲਾ ਹੋਣ ਦੇ ਬਾਵਜੂਦ ਵੀ ਇੱਕ ਜੋ ਮਨ ਹੈ ਉਸਨੂੰ ਸਦਾ ਵਾਸਤੇ ਸੱਚਾ ਸੁੱਖ ਮਿਲ ਜਾਏ, ਸੱਚੀ ਸ਼ਾਂਤੀ ਮਿਲ ਜਾਏ, ਕਿਉਂਕਿ ਜਦੋਂ ਕੋਈ ਇਨਸਾਨ ਕਲਾ ਸਿੱਖਦਾ ਹੈ ਤਾਂ ਉਹ ਆਪਣੀ ਕਲਾ ਵਿੱਚ ਇੰਨਾ ਡੁੱਬ ਜਾਂਦਾ ਹੈ ਕਿ ਉਸਨੂੰ ਸਭ ਕੁਛ ਭੁੱਲ ਜਾਏ, ਉਸਨੂੰ ਕੁਛ ਵੀ ਯਾਦ ਨਾ ਰਹੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਸੰਗੀਤਕਾਰ ਆਪਣੀ ਸੰਗੀਤ ਦੀ ਕਲਾ ਵਿੱਚ ਇੱਕਦਮ ਖੋ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੀਤ ਗਾਉਣ ਵਾਲਾ ਵੀ ਆਪਣੀ ਗਾਉਣ ਦੀ ਕਲਾ ਵਿੱਚ ਬਿਲਕੁਲ ਭਾਵ ਬੋਰ ਹੋ ਜਾਂਦਾ ਹੈ, ਉਸਨੂੰ ਕੁਛ ਵੀ ਯਾਦ ਨਹੀਂ ਰਹਿੰਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਚਿੱਤਰਕਲਾ, ਇੱਕ ਚਿੱਤਰਕਾਰ ਚਿੱਤਰ ਦੇ ਦੁਆਰਾ ਆਪਣੇ ਮਨ ਦੇ ਉਦਗਾਰ, ਆਪਣੇ ਮਨ ਦੇ ਭਾਵ ਚਿੱਤਰ ਦੇ ਵਿੱਚ ਭਰ ਦਿੰਦਾ ਹੈ। ਸੋ ਕਿੰਨੀਆਂ ਵਿਸ਼ੇਸ਼ਤਾਵਾਂ ਹਨ, ਕਿੰਨੀਆਂ ਮਹਾਨਤਾਵਾਂ ਹਨ ਇਹਨਾਂ ਕਲਾ ਦੇ ਵਿੱਚ, ਪਰੰਤੂ ਫਿਰ ਵੀ ਅੱਜ ਅਸੀਂ ਦੇਖਦੇ ਹਾਂ, ਬੜੇ ਦੁੱਖ ਦੀ ਗੱਲ ਹੈ ਕਿ ਕਲਾ ਦੇ ਵਿੱਚ ਦਿਨੋ ਦਿਨ ਗਿਰਾਵਟ ਆ ਰਹੀ ਹੈ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਲਾ ਦਾ ਜੋ ਰੂਪ ਹੈ ਉਹ ਪਰਿਵਰਤਨ ਹੋ ਰਿਹਾ ਹੈ। ਸੋ ਇਸ ਦਾ ਕੀ ਕਾਰਨ ਹੈ? ਕਿਉਂਕਿ ਅੱਜ ਜੀਵਨ ਦੇ ਵਿੱਚ ਵਾਸਨਾ, ਵੈਰ, ਨਫ਼ਰਤ, ਦੁਸ਼ਮਣੀ, ਅਨੇਕ ਗੱਲਾਂ ਆ ਗਈਆਂ ਹਨ, ਅਨੇਕ ਵਿਕਾਰ ਜੀਵਨ ਵਿੱਚ ਆ ਗਏ ਹਨ, ਜਿਸ ਦੇ ਕਾਰਨ ਅੱਜ ਜੋ ਕਲਾ ਹੈ ਉਸਦੇ ਵਿੱਚ ਪੂਰੀ ਨਿਪੁੰਨਤਾ ਨਹੀਂ ਹੈ, ਯਾਨੀ ਕਿ ਕਲਾ ਦੇ ਵਿੱਚ ਗਿਰਾਵਟ ਆ ਚੁੱਕੀ ਹੈ। ਸੋ ਸਥੂਲ ਕਲਾ ਸਿੱਖਣ ਦੇ ਨਾਲ ਨਾਲ ਜਦੋਂ ਅਸੀਂ ਸੂਖਮ ਕਲਾ ਜੀਵਨ ਦੀ ਸਿੱਖਦੇ ਹਾਂ, ਜਿਸ ਨੂੰ ਕਿਹਾ ਜਾਂਦਾ ਹੈ ਜੀਵਨ ਦੀਆਂ ਕਲਾ, ਕਿਉਂਕਿ ਉਸਨੂੰ ਸਿੱਖਣ ਦੇ ਨਾਲ ਅਸੀਂ ਇਸ ਸਥੂਲ ਕਲਾ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਨਿਪੁੰਨ ਬਣ ਸਕਦੇ ਹਾਂ,
ਅਰ ਤੇ ਉਸ ਤੋਂ ਬਿਨਾ ਹੀ ਅੱਜ ਸਾਡੀ ਸਥੂਲ ਕਲਾ ਦੇ ਵਿੱਚ ਵੀ ਗਿਰਾਵਟ ਆ ਗਈ ਹੈ। ਸੋ ਅਸੀਂ ਦੇਖਾਂਗੇ ਕਿ ਉਹ ਕਿਹੜੀਆਂ ਕਲਾ ਹਨ ਜਿਸ ਨੂੰ ਸਿੱਖਣ ਦੇ ਨਾਲ ਅਸੀਂ ਆਪਣੀ ਸਥੂਲ ਕਲਾ ਨੂੰ ਵੀ ਸ੍ਰੇਸ਼ਟ ਤੇ ਮਹਾਨ ਬਣਾ ਸਕਦੇ ਹਾਂ। ਉਹ ਕਿਹੜੀਆਂ ਸੂਖਮ ਕਲਾ ਹਨ ਜਿਸ ਨੂੰ ਸਿੱਖਣ ਦੇ ਨਾਲ ਸਥੂਲ ਕਲਾ ਵੀ ਸ੍ਰੇਸ਼ਟ ਬਣ ਜਾਏ ਅਤੇ ਜੀਵਨ 16 ਕਲਾ ਸੰਪੂਰਨ ਬਣ ਜਾਏ। ਕਿਉਂਕਿ ਇੱਕ ਸਮੇਂ ਸੀ, ਇੱਕ ਯੁੱਗ ਸੀ ਜਦੋਂ ਕਿ ਇਨਸਾਨ ਇੰਨਾ ਮਹਾਨ ਸੀ, ਉਸਦਾ ਜੀਵਨ 16 ਕਲਾ ਸੰਪੂਰਨ ਸੀ, ਯਾਨੀ ਕਿ ਜੀਵਨ ਵਿੱਚ ਸੰਪੂਰਨ ਸੁੱਖ, ਸ਼ਾਂਤੀ, ਪਵਿੱਤਰਤਾ ਸੀ। ਉਹ ਆਪਣੀ ਕਲਾ ਵਿੱਚ ਬਹੁਤ ਅੱਗੇ ਸੀ। ਉਸਦੀ ਕਲਾ ਦੇ ਵਿੱਚ ਇੰਦਰੀਆਂ ਦਾ ਸੁੱਖ ਅਤੇ ਨਾਲ ਨਾਲ ਮਨ ਦਾ ਸੱਚਾ ਸੁੱਖ ਵੀ ਪ੍ਰਾਪਤ ਹੁੰਦਾ ਸੀ। ਸੋ ਹੁਣ ਫਿਰ ਤੋਂ ਅਸੀਂ ਦੇਖਾਂਗੇ ਕਿ ਉਹ ਕਿਹੜੀਆਂ ਕਲਾ ਹਨ। ਸੋ ਸਭ ਤੋਂ ਪਹਿਲਾਂ ਹੈ ਜੀਵਨ ਜੀਣ ਦੀ ਕਲਾ। ਕਿਉਂਕਿ ਜੀਵਨ ਤਾਂ ਅੱਜ ਸਭ ਜੀ ਰਹੇ ਹਨ, ਪਰੰਤੂ ਜੀਵਨ ਜੀਣਾ ਹੀ ਕੋਈ ਵੱਡੀ ਗੱਲ ਨਹੀਂ ਹੈ। ਪਸ਼ੂ ਪੰਛੀ, ਜੀਵ ਜੰਤੂ, ਮਨੁੱਖ ਸਭ ਜੀਵਨ ਜੀ ਰਹੇ ਹਨ, ਪਰੰਤੂ ਜੀਵਨ ਜੀਣਾ ਵੀ ਇੱਕ ਕਲਾ ਬਣ ਜਾਏ ਤਾਂ ਕਿਹਾ ਜਾਏਗਾ ਕਿ ਇਹ ਇੱਕ ਸ੍ਰੇਸ਼ਟ ਜੀਵਨ ਹੈ। ਕਿਉਂਕਿ ਜੀਵਨ ਦੇ ਵਿੱਚ ਅਗਰ ਤਣਾਅ ਹੈ, ਦੁੱਖ ਹੈ, ਅਸ਼ਾਂਤੀ ਹੈ, ਬੇਚੈਨੀ ਹੈ, ਤਾਂ ਕੀ ਉਹ ਜੀਵਨ ਜੀਵਨ ਹੈ? ਨਹੀਂ, ਕਿਉਂਕਿ ਅੱਜ ਪਸ਼ੂ ਪੰਛੀ ਵੀ ਸਾਡੇ ਤੋਂ ਚੰਗੇ ਨੇ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਵੀ ਕੋਈ ਤਣਾਅ ਨਹੀਂ ਹੈ, ਕੋਈ ਚਿੰਤਾ ਨਹੀਂ ਹੈ। ਪਰੰਤੂ ਅੱਜ ਇਨਸਾਨ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਚੁੱਕੀਆਂ ਹਨ। ਇਨਸਾਨ ਦਾ ਜੀਵਨ ਕਿੰਨਾ ਦੁਖੀ ਬਣ ਚੁੱਕਿਆ ਹੈ। ਸੋ ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਇਹ ਨਹੀਂ ਕਹਾਂਗੇ ਕਿ ਕਿਸੇ ਪਸ਼ੂ ਨੂੰ ਤਣਾਅ ਹੈ ਜਾਂ ਦੁੱਖ ਹੈ, ਪਰੰਤੂ ਨਹੀਂ, ਇਨਸਾਨ ਦੇ ਵਾਸਤੇ ਹੀ ਇਹ ਸਭ ਕੁਝ ਕਿਹਾ ਜਾਂਦਾ ਹੈ। ਸੋ ਜੀਵਨ ਤਾਂ ਹਰ ਵਿਅਕਤੀ ਜੀ ਰਿਹਾ ਹੈ, ਪਰੰਤੂ ਜਿਸ ਤਰ੍ਹਾਂ ਸਾਡੇ ਸਾਹਮਣੇ ਇੱਕ ਮੁਰਦਾ ਹੈ ਜਿਸ ਦੇ ਵਿੱਚ ਜਾਨ ਨਹੀਂ ਹੈ, ਉਸੇ ਤਰ੍ਹਾਂ ਅੱਜ ਦਾ ਇਨਸਾਨ ਵੀ ਆਪਣਾ ਜੀਵਨ ਇੱਕ ਮੁਰਦੇ ਦੀ ਤਰ੍ਹਾਂ ਜੀ ਰਿਹਾ ਹੈ। ਕਿਉਂ? ਕਿਉਂਕਿ ਉਸਦੇ ਜੀਵਨ ਵਿੱਚ ਸੱਚੀ ਖੁਸ਼ੀ ਨਹੀਂ ਹੈ, ਸੱਚੀ ਸ਼ਾਂਤੀ ਨਹੀਂ ਹੈ, ਮਨ ਦਾ ਸੰਤੋਖ ਨਹੀਂ ਹੈ। ਸੋ ਜੀਵਨ ਜੀਣਾ ਵੀ ਇੱਕ ਕਲਾ ਬਣ ਜਾਏ ਤਾਂ ਅਸੀਂ ਕਹਾਂਗੇ ਕਿ ਇਹ ਜੀਵਨ ਇੱਕ ਮਹਾਨ ਜੀਵਨ ਹੈ, ਇੱਕ ਸ੍ਰੇਸ਼ਟ ਜੀਵਨ ਹੈ, ਸਾਡਾ ਜੀਵਨ ਸਫਲ ਹੋ ਗਿਆ, ਅਸੀਂ ਇਹ ਅਨੁਭਵ ਕਰਾਂਗੇ। ਸੋ ਜੀਵਨ ਇੱਕ ਕਲਾ ਬਣ ਜਾਏ ਉਸਦੇ ਵਾਸਤੇ ਸਾਨੂੰ ਆਪਣੇ ਜੀਵਨ ਵਿੱਚ ਸੰਤੁਲਨ ਨੂੰ ਅਪਣਾਉਣਾ ਹੋਵੇਗਾ। ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਇੱਕ ਬਾਜ਼ੀਗਰ ਸਰਕਸ ਦੇ ਵਿੱਚ ਜਦੋਂ ਉਸਦੇ ਅੰਦਰ ਸੰਤੁਲਨ ਹੈ ਤਾਂ ਉਹ ਹਰ ਖੇਲ ਬੜੇ ਆਰਾਮ ਨਾਲ ਖੇਲ ਸਕਦਾ ਹੈ। ਸੰਤੁਲਨ ਦੇ ਆਧਾਰ 'ਤੇ ਹੀ ਉਹ ਆਪਣੀ ਜਿੱਤ ਪ੍ਰਾਪਤ ਕਰਦਾ ਹੈ, ਆਪਣੀ ਕਲਾ ਨੂੰ ਦਿਖਾਉਂਦਾ ਹੈ। ਇਸੇ ਤਰ੍ਹਾਂ ਅਸੀਂ ਦੇਖਾਂਗੇ ਕਿ ਅੱਜ ਜੀਵਨ ਦੇ ਵਿੱਚ ਸੰਤੁਲਨ ਨਾ ਹੋਣ ਦੇ ਕਾਰਨ ਜਾਂ ਸੰਤੁਲਨ ਦੀ ਘਾਟ ਹੋਣ ਦੇ ਕਾਰਨ ਜਾਂ ਇਸਦਾ ਅਨੁਭਵ ਘੱਟ ਹੋਣ ਦੇ ਕਾਰਨ ਹੀ ਅੱਜ ਅਸੀਂ ਇੱਕ ਸਮੇਂ ਕੁਛ ਅਨੁਭਵ ਕਰਦੇ ਹਾਂ, ਦੂਸਰੇ ਸਮੇਂ ਕੁਛ ਹੋਰ ਅਨੁਭਵ ਕਰਦੇ ਹਾਂ। ਜਿਸ ਤਰ੍ਹਾਂ ਅੱਜ ਅਸੀਂ ਬਹੁਤ ਸੁੱਖ ਦਾ ਅਨੁਭਵ ਕਰ ਰਹੇ ਹਾਂ, ਪਰੰਤੂ ਦੂਸਰੇ ਹੀ ਪਲ ਅਸੀਂ ਦੁੱਖ ਦਾ ਵੀ ਅਨੁਭਵ ਕਰ ਰਹੇ ਹਾਂ। ਇੱਕ ਸਮੇਂ ਸਾਨੂੰ ਖੁਸ਼ੀ ਪ੍ਰਾਪਤ ਹੋ ਰਹੀ ਹੈ, ਪਰੰਤੂ ਦੂਸਰੇ ਸਮੇਂ ਅਸੀਂ ਗਮ ਦਾ ਅਨੁਭਵ ਕਰ ਰਹੇ ਹਾਂ। ਅੱਜ ਕਿਸੇ ਦੇ ਨਾਲ ਮਿਲ ਕੇ ਸਾਨੂੰ ਬੜਾ ਆਨੰਦ ਮਿਲ ਰਿਹਾ ਹੈ,
ਪਰੰਤੂ ਦੂਸਰੇ ਹੀ ਪਲ ਉਸੇ ਵਿਅਕਤੀ ਦੇ ਨਾਲ ਮਿਲ ਕੇ ਸਾਨੂੰ ਦੁੱਖ ਹੋ ਰਿਹਾ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਤੁਲਨ ਨਾ ਹੋਣ ਦੇ ਕਾਰਨ ਸਾਡਾ ਜੀਵਨ ਕਿੰਨਾ ਬੇਚੈਨ ਹੋ ਚੁੱਕਿਆ ਹੈ, ਜੀਵਨ ਜੀਣ ਦੀ ਕਲਾ ਤੋਂ ਅਸੀਂ ਕਿੰਨੇ ਦੂਰ ਜਾ ਚੁੱਕੇ ਹਾਂ। ਸੋ ਸੰਤੁਲਨ ਨੂੰ ਆਪਣੇ ਜੀਵਨ ਵਿੱਚ ਲਿਆਈਏ। ਜੀਵਨ ਜੀਣ ਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਜੀਵਨ ਵਿੱਚ ਦੁੱਖ, ਸਮੱਸਿਆ ਆਉਣਾ, ਕਿਸੇ ਮੁਸੀਬਤ ਦਾ ਆਉਣਾ, ਕਿਸੇ ਪਰੇਸ਼ਾਨੀ ਦਾ ਆਉਣਾ, ਇਹ ਤਾਂ ਇੱਕ ਸੁਭਾਵਿਕ ਗੱਲ ਹੈ। ਪਰੰਤੂ ਹਰ ਤਰ੍ਹਾਂ ਦੇ ਦੁੱਖ ਸੁੱਖ ਵਿੱਚ ਰਹਿੰਦੇ ਹੋਏ ਅਸੀਂ ਇੱਕ ਸਮਾਨ ਰਹੀਏ, ਇਹ ਹੈ ਜੀਵਨ ਜੀਣ ਦੀ ਕਲਾ। ਜਿਸ ਤਰ੍ਹਾਂ ਅਸੀਂ ਪਿਆਰੇ ਬਣ ਸਕਦੇ ਹਾਂ, ਉਸੇ ਤਰ੍ਹਾਂ ਸਾਨੂੰ ਨਿਆਰਾ ਬਣਨਾ ਵੀ ਆਉਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਰਮਣੀਕ ਬਣ ਸਕਦੇ ਹਾਂ, ਉਸੇ ਤਰ੍ਹਾਂ ਸਾਨੂੰ ਗੰਭੀਰ ਬਣਨਾ ਵੀ ਆਉਣਾ ਚਾਹੀਦਾ ਹੈ। ਗੰਭੀਰਤਾ ਅਤੇ ਰਮਣੀਕਤਾ ਦਾ ਜੀਵਨ ਵਿੱਚ ਬੈਲੈਂਸ ਯਾਨੀ ਕਿ ਸੰਤੁਲਨ ਜ਼ਰੂਰ ਹੋਵੇ, ਕਿਉਂਕਿ ਜੇਕਰ ਅਸੀਂ ਹਮੇਸ਼ਾ ਰਮਣੀਕ ਰਹਾਂਗੇ, ਗੰਭੀਰ ਨਹੀਂ ਬਣ ਸਕਾਂਗੇ, ਤਾਂ ਅਸੀਂ ਕਈ ਕੁਛ ਇਸ ਤਰ੍ਹਾਂ ਦਾ ਵੀ ਬੋਲ ਦੇਵਾਂਗੇ ਜੋ ਕਿ ਨਹੀਂ ਬੋਲਣਾ ਹੋਵੇਗਾ, ਅਤੇ ਬਾਅਦ ਵਿੱਚ ਸਾਨੂੰ ਪਛਤਾਉਣਾ ਵੀ ਪਵੇਗਾ। ਇਸੇ ਤਰ੍ਹਾਂ ਜੀਵਨ ਦੇ ਵਿੱਚ ਮਾਲਿਕਪਨ ਅਤੇ ਬਾਲਿਕਪਨ ਦਾ ਵੀ ਸੰਤੁਲਨ ਹੋਵੇ। ਮਾਲਿਕ ਬਣ ਕੇ ਅਸੀਂ ਆਪਣੀ ਰਾਏ ਜ਼ਰੂਰ ਦੇਈਏ, ਪਰੰਤੂ ਜਦੋਂ ਸਾਡੇ ਸਾਹਮਣੇ ਉਸ ਦਾ ਫਾਈਨਲ ਨਤੀਜਾ ਆਵੇ ਤਾਂ ਅਸੀਂ ਉਸਨੂੰ ਬਾਲਿਕ ਬਣ ਕੇ ਸਵੀਕਾਰ ਵੀ ਕਰ ਲਈਏ। ਸੋ ਇਸ ਤਰ੍ਹਾਂ ਦੋਨਾਂ ਗੱਲਾਂ ਦਾ ਬੈਲੈਂਸ ਰੱਖੀਏ। ਜੀਵਨ ਦੇ ਵਿੱਚ ਜਦੋਂ ਅਸੀਂ ਇਹਨਾਂ ਕੁਛ ਗੱਲਾਂ ਦਾ ਬੈਲੈਂਸ ਰੱਖਾਂਗੇ, ਸੰਤੁਲਨ ਰੱਖਾਂਗੇ, ਇਸ 'ਤੇ ਧਿਆਨ ਦੇਵਾਂਗੇ, ਤਾਂ ਜੀਵਨ ਜੀਣਾ ਇੱਕ ਕਲਾ ਬਣ ਜਾਏਗਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੀਵਨ ਵਿੱਚ ਸਵੱਛਤਾ ਯਾਨੀ ਕਿ ਸਫਾਈ ਰੱਖਣਾ ਇਹ ਵੀ ਇੱਕ ਬਹੁਤ ਵੱਡੀ ਕਲਾ ਹੈ, ਕਿਉਂਕਿ ਕਿਸੇ ਸਥਾਨ 'ਤੇ ਰਹਿਣਾ, ਕਿਸੇ ਚੀਜ਼ ਦਾ ਪ੍ਰਯੋਗ ਕਰਨਾ ਇਹੀ ਕਾਫੀ ਨਹੀਂ ਹੈ, ਪਰੰਤੂ ਜਿਸ ਸਥਾਨ 'ਤੇ ਅਸੀਂ ਰਹਿੰਦੇ ਹਾਂ, ਜਿਸ ਚੀਜ਼ ਦਾ ਅਸੀਂ ਪ੍ਰਯੋਗ ਕਰਦੇ ਹਾਂ, ਉਸ ਸਮੇਂ ਉਸਦੀ ਸਫਾਈ ਦਾ ਧਿਆਨ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਸਫਾਈ ਅਸੀਂ ਨਹੀਂ ਰੱਖਦੇ ਤਾਂ ਕਿਹਾ ਜਾਏਗਾ ਕਿ ਇਸ ਵਿਅਕਤੀ ਨੂੰ ਜੀਣਾ ਨਹੀਂ ਆਉਂਦਾ। ਵੈਸੇ ਵੀ ਕਹਿੰਦੇ ਨੇ ਕਿ ਜਿੱਥੇ ਸਵੱਛਤਾ ਹੈ, ਜਿੱਥੇ ਸਫਾਈ ਹੈ, ਉੱਥੇ ਪਰਮਾਤਮਾ ਵਾਸ ਕਰਦੇ ਨੇ, ਯਾਨੀ ਕਿ ਪਰਮਾਤਮਾ ਰਹਿੰਦੇ ਨੇ। ਸਫਾਈ ਦਾ ਇੰਨਾ ਮਹੱਤਵ ਅਸੀਂ ਆਪਣੇ ਜੀਵਨ ਵਿੱਚ ਜਦੋਂ ਮੰਨਦੇ ਹਾਂ ਤਾਂ ਸਫਾਈ ਰੱਖਣ ਦੀ ਕਲਾ ਵੀ ਜੀਵਨ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਫਾਈ ਦੇ ਵਿੱਚ ਸਾਦਗੀ ਵੀ ਸਮਾਈ ਹੋਈ ਹੈ। ਜਿਸ ਤਰ੍ਹਾਂ ਸਵੱਛਤਾ ਇੱਕ ਜੀਵਨ ਦੀ ਕਲਾ ਹੈ, ਉਸੇ ਤਰ੍ਹਾਂ ਸਾਦਗੀ ਵੀ ਜੀਵਨ ਦੀ ਕਲਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਿੰਪਲ ਐਂਡ ਬਿਊਟੀਫੁਲ, ਯਾਨੀ ਕਿ ਸਵੱਛਤਾ ਦੇ ਵਿੱਚ ਸਾਦਗੀ ਵੀ ਹੈ ਅਤੇ ਸੁੰਦਰਤਾ ਵੀ ਹੈ। ਸੋ ਅਸੀਂ ਸਵੱਛਤਾ ਨੂੰ ਵੀ ਆਪਣੇ ਜੀਵਨ ਵਿੱਚ ਅਪਣਾਈਏ, ਇਸ ਕਲਾ ਨੂੰ ਆਪਣੇ ਜੀਵਨ ਵਿੱਚ ਲਿਆਈਏ, ਤਾਂ ਅਸੀਂ ਜੀਵਨ ਜੀਣ ਦੀ ਕਲਾ ਸਿੱਖ ਜਾਵਾਂਗੇ। ਇਸ ਦੇ ਨਾਲ ਨਾਲ ਸਾਨੂੰ ਆਪਣੀ ਜੋ ਨਿਯਮਤ ਸਾਡਾ ਜੀਵਨ ਚੱਲ ਰਿਹਾ ਹੈ ਉਸ 'ਤੇ ਧਿਆਨ ਰੱਖਣਾ, ਜੋ ਅਸੀਂ ਰੋਜ਼ ਆਪਣੇ ਜੀਵਨ ਵਿੱਚ ਕਰਦੇ ਹਾਂ ਉਸਨੂੰ ਨਿਯਮਿਤ ਰੂਪ ਵਿੱਚ ਕਰੀਏ, ਕਿਉਂਕਿ ਇਸ ਦੇ ਨਾਲ ਵੀ ਸਾਡਾ ਜੀਵਨ ਮਹਾਨ ਬਣਦਾ ਹੈ। ਅਸੀਂ ਸੰਸਾਰ ਵਿੱਚ ਦੇਖਦੇ ਹਾਂ ਕਿ ਕੁਛ ਲੋਕਾਂ ਦੇ ਕੰਮ ਕਰਨ ਦੀ ਸਪੀਡ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਅੱਜ ਦਿਨ ਦੇ ਕਿੰਨੇ ਬੱਚੇ ਹਨ, ਕਿਉਂਕਿ ਉਹ ਆਪਣੇ ਜੀਵਨ ਵਿੱਚ ਇੰਨੇ
ਨਿਯਮਤ ਹਨ, ਇੰਨੇ ਰੈਗੂਲਰ ਹਨ, ਇੰਨੇ ਐਕੂਰੇਟ ਹਨ ਆਪਣੇ ਕੰਮ ਦੇ ਵਿੱਚ ਕਿ ਸਾਨੂੰ ਉਹਨਾਂ ਦੇ ਕੰਮ ਕਾਜ ਤੋਂ ਹੀ ਪਤਾ ਚੱਲ ਜਾਏਗਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਸਾਰ ਵਿੱਚ ਕੁਛ ਲੋਕ ਇਸ ਤਰ੍ਹਾਂ ਦੇ ਹਨ ਕਿ ਜੋ ਆਪਣੀ ਡੇਲੀ ਜੋ ਜੀਵਨ ਹੈ ਉਸ 'ਤੇ ਕੋਈ ਧਿਆਨ ਨਹੀਂ ਦਿੰਦੇ, ਕਿਸ ਸਮੇਂ ਕੀ ਕਰਨਾ ਹੈ ਉਸਦਾ ਮਹੱਤਵ ਵੀ ਨਹੀਂ ਰੱਖਦੇ। ਪਰੰਤੂ ਕੁਛ ਲੋਕ ਜੋ ਸਵੇਰੇ 4 ਵਜੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ, ਚਾਹੇ ਉਹ ਰਾਤ ਦੇ 12 ਵਜੇ ਵੀ ਕਿਉਂ ਨਾ ਸੌਣ, ਪਰੰਤੂ ਉਹਨਾਂ ਦੀ 4 ਵਜੇ ਅੱਖ ਜ਼ਰੂਰ ਖੁੱਲ੍ਹ ਜਾਵੇਗੀ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਕਲਾ ਨੂੰ ਅਪਣਾਇਆ ਹੈ। ਕਈ ਲੋਕ ਜਦੋਂ ਸੌਣ ਦਾ ਸਮੇਂ ਹੈ ਉਸ ਸਮੇਂ ਜਾਗਦੇ ਹਨ, ਅਤੇ ਜਦੋਂ ਜਾਗਣ ਦਾ ਸਮੇਂ ਹੈ ਉਸ ਸਮੇਂ ਸੌਂਦੇ ਹਨ। ਸੋ ਇਸ ਤਰ੍ਹਾਂ ਦਿਨ ਦੇ ਵੇਲੇ ਸੌ ਜਾਣਗੇ ਤਾਂ ਰਾਤ ਨੂੰ ਨੀਂਦ ਨਹੀਂ ਆਏਗੀ, ਬੇਚੈਨ ਹੋ ਜਾਣਗੇ, ਨੀਂਦ ਦੀਆਂ ਗੋਲੀਆਂ ਖਾਣਗੇ, ਕਿਉਂਕਿ ਜੀਵਨ ਨਿਯਮਿਤ ਨਹੀਂ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਸੌਣ ਦਾ ਸਮੇਂ ਹੈ ਉਸ ਸਮੇਂ ਭੋਜਨ ਕਰ ਰਹੇ ਹਾਂ, ਅਤੇ ਜਦੋਂ ਭੋਜਨ ਕਰਨ ਦਾ ਸਮੇਂ ਹੈ ਉਸ ਸਮੇਂ ਸੌ ਰਹੇ ਹਾਂ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਕਲਾ ਨੂੰ ਅਪਣਾਉਣ ਦੀ ਵੀ ਅੱਜ ਜੀਵਨ ਵਿੱਚ ਬਹੁਤ ਜ਼ਰੂਰਤ ਹੈ, ਕਿਉਂਕਿ ਅੱਜ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਵੇਂ ਕਿ ਅਸੀਂ ਬਹੁਤ ਬਿਜ਼ੀ ਹੋ ਗਏ ਹਾਂ, ਸਾਨੂੰ ਜਿਵੇਂ ਕਿ ਵਿਹਲ ਹੀ ਨਹੀਂ ਹੈ ਕੁਛ ਸੋਚਣ ਦਾ, ਕੁਛ ਠੀਕ ਤਰੀਕੇ ਨਾਲ ਕਰਨ ਦਾ। ਪਰੰਤੂ ਇਸ ਦਾ ਅਸਰ ਸਾਡੇ ਸਰੀਰ 'ਤੇ ਵੀ ਪੈਂਦਾ ਹੈ ਅਤੇ ਸਾਡੇ ਮਨ 'ਤੇ ਵੀ ਪੈਂਦਾ ਹੈ। ਜੇਕਰ ਆਪਣੀ ਰੂਟੀਨ ਨੂੰ, ਆਪਣੇ ਜੀਵਨ ਨੂੰ ਅਸੀਂ ਰੈਗੂਲਰ ਨਹੀਂ ਕਰਦੇ ਜਾਂ ਐਕੂਰੇਟ ਨਹੀਂ ਬਣਾਉਂਦੇ, ਫਿਰ ਸਾਡੇ 'ਤੇ ਕੋਈ ਵਿਸ਼ਵਾਸ ਵੀ ਨਹੀਂ ਕਰੇਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਵਿਅਕਤੀ ਕਿਸ ਸਮੇਂ ਕੀ ਕਰੇਗਾ, ਕਿਸੇ ਨੂੰ ਕੋਈ ਭਰੋਸਾ ਨਹੀਂ। ਸੋ ਨਿਯਮਿਤ ਆਪਣੇ ਜੀਵਨ ਨੂੰ ਰੱਖਣਾ ਇੱਕ ਬਹੁਤ ਵੱਡੀ ਕਲਾ ਹੈ। ਇਸ ਦੇ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖੀਏ ਕਿ ਆਪਣੇ ਜੋ ਨਿੱਜੀ ਕੰਮ ਨੇ ਉਹ ਅਸੀਂ ਖੁਦ ਕਰੀਏ। ਕੁਛ ਲੋਕ ਆਪਣੇ ਕੰਮ ਕਰਨ ਦੇ ਵਾਸਤੇ ਵੀ ਦੂਸਰੇ 'ਤੇ ਅਧਿਕਾਰ ਰੱਖਦੇ ਨੇ, ਦੂਸਰੇ 'ਤੇ ਦਬਾਅ ਪਾਉਂਦੇ ਨੇ, ਪਰੰਤੂ ਨਹੀਂ, ਆਪਣੇ ਤਨ ਦੇ ਵਾਸਤੇ ਜਿੱਥੋਂ ਤੱਕ ਹੋ ਸਕੇ ਅਸੀਂ ਆਪਣਾ ਕੰਮ ਖੁਦ ਕਰੀਏ। ਇਸ ਦੇ ਵਾਸਤੇ ਅਸੀਂ ਕਿਸੇ 'ਤੇ ਅਧਿਕਾਰ ਨਾ ਰੱਖੀਏ, ਕਿਸੇ 'ਤੇ ਦਬਾਅ ਨਾ ਪਾਈਏ, ਕਿਸੇ 'ਤੇ ਰੋਕ ਨਾ ਰੱਖੀਏ, ਜਾਂ ਕਿਸੇ ਨੂੰ ਛੋਟਾ ਸਮਝ ਕੇ ਉਸਨੂੰ ਅਸੀਂ ਮਜ਼ਬੂਰ ਨਾ ਕਰੀਏ ਕਿ ਉਹ ਸਾਡੇ ਵਾਸਤੇ ਇਹ ਕੰਮ ਕਰੇ। ਜਦੋਂ ਅਸੀਂ ਆਪਣਾ ਕੰਮ ਖੁਦ ਕਰਾਂਗੇ ਤਾਂ ਕਿਹਾ ਜਾਏਗਾ ਕਿ ਜੀਵਨ ਜੀਣ ਦੀ ਕਲਾ ਆ ਗਈ ਹੈ। ਇਸੇ ਤਰ੍ਹਾਂ ਇੱਕ ਹੋਰ ਕਲਾ ਹੈ, ਵਿਵਹਾਰ ਕਰਨ ਦੀ ਕਲਾ। ਅੱਜ ਅਸੀਂ ਦੇਖਦੇ ਹਾਂ ਕਿ ਵਿਵਹਾਰ ਵਿੱਚ ਤਾਂ ਸਭ ਨੂੰ ਆਉਣਾ ਹੀ ਪੈਂਦਾ ਹੈ, ਚਾਹੇ ਕੋਈ ਛੋਟਾ ਹੈ ਚਾਹੇ ਕੋਈ ਵੱਡਾ ਹੈ, ਅਤੇ ਸਭ ਦੇ ਨਾਲ ਸਾਨੂੰ ਵਿਵਹਾਰ ਕਰਨਾ ਪੈਂਦਾ ਹੈ। ਚਾਹੇ ਅਸੀਂ ਕਿਤੇ ਵੀ ਚਲੇ ਜਾਈਏ, ਸਾਨੂੰ ਹਰ ਤਰ੍ਹਾਂ ਦੇ ਲੋਕ ਇਸ ਸੰਸਾਰ ਵਿੱਚ ਮਿਲਦੇ ਹਨ। ਪਰੰਤੂ ਇਹ ਦੇਖਿਆ ਗਿਆ ਹੈ ਕਿ ਕਈ ਲੋਕ ਆਪਣੇ ਵਿਵਹਾਰ ਦੇ ਨਾਲ ਦੂਸਰੇ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਨ, ਜਦੋਂ ਕਿ ਕੁਛ ਲੋਕ ਦੂਸਰੇ ਨੂੰ ਆਪਣਾ ਦੁਸ਼ਮਣ ਵੀ ਬਣਾ ਲੈਂਦੇ ਹਨ। ਸੋ ਆਪਣੇ ਵਿਵਹਾਰ ਦੇ ਵਿੱਚ ਅਸੀਂ ਕਿਵੇਂ ਸਫਲ ਹੋ ਸਕਦੇ ਹਾਂ, ਉਸ ਦੇ ਵਾਸਤੇ ਅਸੀਂ ਤ੍ਰਿਕਾਲ ਦਰਸ਼ੀ ਬਣੀਏ ਅਤੇ ਦੂਰ ਦ੍ਰਿਸ਼ਟੀ ਰੱਖ ਕੇ ਕਰਮ ਕਰੀਏ। ਕਿਉਂਕਿ ਅੱਜ ਅਸੀਂ ਕੇਵਲ ਵਰਤਮਾਨ ਨੂੰ ਹੀ ਦੇਖਦੇ ਹਾਂ, ਪਰੰਤੂ ਉਸ ਗੱਲ ਦਾ ਭੂਤ ਕੀ ਸੀ, ਭਵਿੱਖ ਕੀ ਹੋਏਗਾ, ਉਸਦਾ ਕੀ ਨਤੀਜਾ ਨਿਕਲੇਗਾ, ਜੇਕਰ ਉਸਦੇ ਬਾਰੇ ਵਿੱਚ ਨਹੀਂ ਸੋਚਦੇ ਤਾਂ ਵਿਵਹਾਰ ਕਰਨ ਦੀ ਕਲਾ ਕਦੀ ਵੀ ਨਹੀਂ ਆ ਸਕਦੀ। ਸੋ ਸਦਾ ਹੀ ਅਸੀਂ ਵਿਵਹਾਰ ਕਰਦੇ ਸਮੇਂ ਇਹ ਧਿਆਨ ਰੱਖੀਏ ਕਿ ਜੋ ਅਸੀਂ ਕਰ ਰਹੇ ਹਾਂ
जो सोच रहे हां, जो बोल रहे हां, उसका की नतीजा निकलेगा। त्रिकालदर्शी बंदा भी की अर्थ है। त्रिकालदर्शी बनना यानी कि किसी भी गल दे भूत नूं जानना, उसके भविख नूं जानना कि इसका की नतीजा होवेगा, उससे वर्तमान के रिजल्ट नूं भी जानना कि इसका वर्तमान विच की रिजल्ट निकलेगा। क्योंकि असीं कई बार साडी बुद्धि जो है वो केवल वर्तमान तक ही सीमित रहती है। असी वर्तमान नूं ही अपने सामने रखते हाँ, लेकिन उससे अगे पिछे कुछ भी नहीं सोचते। सो व्यवहार करन दी कला अगर जीवन विच अपनानी है तो सानू त्रिकालदर्शी बनना होवेगा अते दूर दृष्टि बन के सानू हर कर्म करना होवेगा, हर गल दे बारे विच सोचना होवेगा अते दूसरे नाल व्यवहार करना होवेगा। इस दे नाल नाल यह भी ध्यान रखिए कि समय, परिस्थिति, व्यक्ति, वस्तु नूं देखते हुए असी व्यवहार करिए, क्योंकि असी हर व्यक्ति दे नाल इको जिहा व्यवहार नहीं कर सकते, असी हर समय भी इको जिहा व्यवहार नहीं कर सकते, असी हर परिस्थिति दे विच भी इको जिहा व्यवहार नहीं कर सकते ते हर स्थान ते भी इको जिहा व्यवहार नहीं कर सकते। सो व्यवहार करन दी कला सीखना यानी कि हर गल दा जो पास्ट है, प्रेजेंट है, फ्यूचर है, उसनों समझ के कर्म करना, दूर दृष्टि रख के कर्म करना, व्यवहार करना अते उसका रिजल्ट की होवेगा उसनों समझ के कर्म करना, समय नू, परिस्थिति नू, व्यक्ति नू, स्थान नू देखते हुए कर्म करना, व्यवहार करना, इसनों कहते हैं व्यवहार करन दी कला। जदों इसनों अपनी बुद्धि विच असीं सदा रखांगे अते इस तरह असीं व्यवहार करांगे तां असीं अपने व्यवहार तों खुद भी संतुष्ट रहांगे अते दूसरे नूं भी संतुष्ट कर सकते हाँ। क्योंकि जेकर असीं समझिए कि असीं हर समय इको जिहा व्यवहार करिए, जिस तरह कुछ लोग बोलते ने कि सानूं तां सदा सच ही अच्छा लगता है, सच बोलना, सच्चा व्यवहार करना, परंतु कभी कभी इस तरह भी हुंदा है कि वह सच साढ़े वास्ते बहुत नुकसानकारक हो जाता है। क्योंकि वह समय समय की गल है कि किस समय किस तरह के शब्द असी अपने मुख तो उचारीए, क्योंकि कई बार वह अभिशाप या शराब का रूप भी ले लेंदे हन। सो उस समय अपने व्यवहार में असी किवें बदलना है, इसके वास्ते व्यवहार की कला सीखना बहुत जरूरी है। इस दे नाल नाल असीं इह वी देखदे हाँ कि मन लो कोई व्यक्ति साडे सामने टक्कर लैंदा है, साडे नाल लड़ाई झगड़ा करदा है, वाद विवाद करदा है, तां कि उस समय असीं वाद विवाद करिए? कि इह व्यवहार करन दी कला है? नहीं, उस समय सानूं इह देखना है कि असीं इस समस्या नूं किस तरह पार करिए, असीं किस तरह पास होइए। सो उस समय साखी दृष्टा हो के सानू उस समस्या का सामना करना है। इस दे नाल असीं अपने व्यवहार की कला नू निखार सकते हाँ, उसनू श्रेष्ठ बना सकते हाँ। उस समय असीं ये सोचिए कि मैनू शांति विच रहना है, इस समय तो यह आत्मा परवश है, क्योंकि उस समय आत्मा क्रोध दे बस है, उसनू अपना होश भी नहीं है, परंतु मैनू तो पता है कि मैं एक आत्मा हाँ। असीं अपने आप नूं याद दिलाइए कि मैं कौन हाँ, क्योंकि लैन देन करना इतना साधारण गल है संसार विच। अज असीं कोई चीज़
ਕਿਸੇ ਦੂਸਰੇ ਵਿਅਕਤੀ ਨੂੰ ਦਿੰਦੇ ਹਾਂ ਅਤੇ ਦੂਸਰਾ ਵਿਅਕਤੀ ਉਸ ਦੇ ਬਦਲੇ ਵਿੱਚ ਕੋਈ ਚੀਜ਼ ਸਾਨੂੰ ਦਿੰਦਾ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰੰਤੂ ਵਿਚਾਰਾਂ ਦਾ ਵਟਾਂਦਰਾ ਜਾਂ ਬੋਲ ਕਰਨ ਦਾ ਵਿਵਹਾਰ ਕਰਨਾ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਸ ਨੂੰ ਸਿੱਖਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਇਸ ਦੇ ਨਾਲ ਹੀ ਅਸੀਂ ਦੂਸਰਿਆਂ ਨੂੰ ਜੋ ਹੈ ਸੁੱਖ ਦੇ ਸਕਦੇ ਹਾਂ। ਅਤੇ ਜਿੰਨਾ ਅਸੀਂ ਆਪਣੇ ਵਿਵਹਾਰ ਤੋਂ ਦੂਸਰੇ ਨੂੰ ਸੁੱਖ ਦੇਵਾਂਗੇ, ਉਨਾ ਹੀ ਸੁੱਖ ਸਾਨੂੰ ਮਿਲੇਗਾ, ਕਿਉਂਕਿ ਵਿਵਹਾਰ ਕਰਨ ਦੇ ਨਾਲ ਅਸੀਂ ਦੂਸਰਿਆਂ ਤੋਂ ਦੁਆਵਾਂ ਪ੍ਰਾਪਤ ਕਰ ਸਕਦੇ ਹਾਂ, ਦੂਸਰਿਆਂ ਤੋਂ ਆਸ਼ੀਰਵਾਦ ਲੈ ਸਕਦੇ ਹਾਂ। ਪਰੰਤੂ ਜੇਕਰ ਸਾਡਾ ਵਿਵਹਾਰ ਸ੍ਰੇਸ਼ਟ ਨਹੀਂ, ਵਿਵਹਾਰ ਦੀ ਕਲਾ ਸਾਨੂੰ ਨਹੀਂ ਆਉਂਦੀ, ਤਾਂ ਦੂਸਰੇ ਦੀ ਬਦਦੁਆ ਵੀ ਸਾਨੂੰ ਮਿਲ ਸਕਦੀ ਹੈ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਵਿਵਹਾਰ ਨੂੰ ਅੱਛਾ ਕਰਨ ਦੇ ਲਈ, ਮਹਾਨ ਬਣਾਉਣ ਦੇ ਲਈ ਸਦਾ ਇਹ ਸੋਚੀਏ ਕਿ ਅਸੀਂ ਆਪਣੇ ਆਪ ਨੂੰ ਆਤਮਾ ਸਮਝੀਏ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਦੋਂ ਅਸੀਂ ਦੂਸਰੇ ਵਿਅਕਤੀ ਦੇ ਬਾਰੇ ਵਿੱਚ ਸੋਚਦੇ ਹਾਂ ਤਾਂ ਉਸ ਦੀਆਂ ਪੁਰਾਣੀਆਂ ਗੱਲਾਂ ਸਾਨੂੰ ਯਾਦ ਆਉਂਦੀਆਂ ਹਨ ਤਾਂ ਸਾਡਾ ਵਿਵਹਾਰ ਬਦਲ ਜਾਂਦਾ ਹੈ। ਪਰੰਤੂ ਅਸੀਂ ਉਸਦੀ ਦੇਹ ਨੂੰ ਨਾ ਦੇਖੀਏ, ਉਸਦੇ ਵਰਤਮਾਨ ਨੂੰ ਨਾ ਦੇਖੀਏ, ਕਿਉਂਕਿ ਇਸ ਸਮੇਂ ਉਹ ਆਤਮਾ ਆਪਣੇ ਆਪ ਨੂੰ ਦੇਹ ਸਮਝਣ ਦੇ ਕਾਰਨ ਆਪਣੀਆਂ ਅਸਲੀ ਵਿਸ਼ੇਸ਼ਤਾਵਾਂ ਨੂੰ, ਗੁਣਾਂ ਨੂੰ ਭੁੱਲ ਚੁੱਕੀ ਹੈ, ਜਿਸ ਦੇ ਕਾਰਨ ਸਾਡੇ ਨਾਲ ਇਸ ਤਰ੍ਹਾਂ ਵਿਵਹਾਰ ਕਰ ਰਹੀ ਹੈ। ਪਰੰਤੂ ਅਸੀਂ ਸਦਾ ਖੁਦ ਨੂੰ ਵੀ ਆਤਮਾ ਸਮਝੀਏ, ਉਸ ਨੂੰ ਵੀ ਆਤਮਾ ਦੀ ਦ੍ਰਿਸ਼ਟੀ ਦੇ ਨਾਲ ਦੇਖੀਏ। ਜਦੋਂ ਇਸ ਤਰ੍ਹਾਂ ਅਸੀਂ ਦੇਖਾਂਗੇ, ਖੁਦ ਨੂੰ ਆਤਮਾ ਸਮਝਾਂਗੇ, ਤਾਂ ਸਾਨੂੰ ਉਸ ਆਤਮਾ ਦੇ ਮੂਲ ਗੁਣ, ਨਿੱਜੀ ਗੁਣ ਸਾਨੂੰ ਦਿਖਾਈ ਦੇਣਗੇ ਕਿ ਆਤਮਾ ਆਪਣੇ ਅਸਲੀ ਰੂਪ ਵਿੱਚ ਤਾਂ ਇਕਦਮ ਪਵਿੱਤਰ ਹੈ, ਸ਼ੁੱਧ ਹੈ। ਇਸ ਤਰ੍ਹਾਂ ਅਸੀਂ ਆਪਣੇ ਵਿਵਹਾਰ ਕਰਨ ਦੀ ਕਲਾ ਨੂੰ ਸ੍ਰੇਸ਼ਟ ਬਣਾ ਸਕਦੇ ਹਾਂ। ਇਸੇ ਤਰ੍ਹਾਂ ਇੱਕ ਹੋਰ ਕਲਾ ਹੈ ਕਿ ਦੂਸਰਿਆਂ ਨੂੰ ਮਿੱਤਰ ਦੋਸਤ ਬਣਾਉਣ ਦੀ ਕਲਾ। ਇਹ ਵੀ ਇੱਕ ਬਹੁਤ ਵੱਡੀ ਕਲਾ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਆਪਣਾ ਮਿੱਤਰ ਬਣਾ ਸਕੀਏ। ਇਸ ਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ 'ਤੇ ਵਿਸ਼ਵਾਸ ਰੱਖੀਏ, ਕਿਉਂਕਿ ਇਸ ਸੰਸਾਰ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕਿਉਂਕਿ ਬੇਈਮਾਨੀ ਵੱਧਦੀ ਜਾ ਰਹੀ ਹੈ, ਇਸ ਲਈ ਹਰ ਵਿਅਕਤੀ ਸਮਝਦਾ ਹੈ ਕਿ ਦੂਸਰਾ ਬੇਈਮਾਨ ਹੈ। ਇਸ ਦੇ ਕਾਰਨ ਉਹ ਉਸਦੇ ਅਵਗੁਣਾਂ ਨੂੰ ਹੀ ਦੇਖੇਗਾ। ਪਰੰਤੂ ਨਹੀਂ, ਅਸੀਂ ਜੇਕਰ ਵਿਸ਼ਵਾਸ ਰੱਖਾਂਗੇ ਤਾਂ ਅਸੀਂ ਕਿਸੇ ਦੂਸਰੇ ਨੂੰ ਆਪਣਾ ਮਿੱਤਰ ਬਣਾ ਸਕਦੇ ਹਾਂ। ਇਸ ਦੇ ਨਾਲ ਨਾਲ ਅਸੀਂ ਇਹ ਵੀ ਯਾਦ ਰੱਖੀਏ ਕਿ ਕਿਸੇ ਦੂਸਰੇ ਦੇ ਗੁਣ ਵਰਣਨ ਕਰਨਾ ਵੀ ਦੂਸਰੇ ਨੂੰ ਆਪਣਾ ਮਿੱਤਰ ਬਣਾਉਣਾ ਹੈ, ਕਿਉਂਕਿ ਜੇਕਰ ਅਸੀਂ ਕਿਸੇ ਦੇ ਗੁਣ ਦੇਖਦੇ ਹੋਏ ਵੀ ਉਸਦੀ ਪ੍ਰਸ਼ੰਸਾ ਨਹੀਂ ਕਰਦੇ ਤਾਂ ਅਸੀਂ ਚਾਹੁੰਦੇ ਹੋਏ ਵੀ ਮਿੱਤਰ ਬਣਾ ਨਹੀਂ ਸਕਦੇ। ਅਸੀਂ ਸਦਾ ਵਿਸ਼ਵਾਸ ਰੱਖ ਕੇ ਦੂਸਰੇ ਦੇ ਪ੍ਰਤੀ ਸ਼ੁਭ ਭਾਵਨਾ ਰੱਖੀਏ, ਕਿਉਂਕਿ ਜੇਕਰ ਸਾਡੇ ਮਨ ਦੇ ਵੀ ਸ਼ੁਭ ਭਾਵਨਾ ਹੋਵੇਗੀ ਤਾਂ ਉਸ ਵਿਅਕਤੀ ਦੇ ਮਨ ਵਿੱਚ ਵੀ ਸ਼ੁਭ ਭਾਵਨਾ ਸਾਡੇ ਵਾਸਤੇ ਜ਼ਰੂਰ ਆਏਗੀ, ਕਿਉਂਕਿ ਸਾਡੇ ਮਨ ਦੀਆਂ ਭਾਵਨਾਵਾਂ ਉਸ ਤੱਕ ਪਹੁੰਚਦੀਆਂ ਹਨ, ਸਾਡੇ ਮਨ ਦੇ ਵਿਚਾਰ ਉਸ ਤੱਕ ਪਹੁੰਚਦੇ ਹਨ। ਸੋ ਅਸੀਂ ਦੂਸਰੇ ਨੂੰ ਮਿੱਤਰ ਬਣਾਉਣ ਦੇ ਵਾਸਤੇ ਸ਼ੁਭ ਭਾਵਨਾ ਰੱਖੀਏ, ਕਲਿਆਣ ਦੀ ਭਾਵਨਾ ਰੱਖੀਏ, ਵਿਸ਼ਵਾਸ ਰੱਖੀਏ ਅਤੇ ਉਸਦੇ ਗੁਣਾਂ ਦਾ ਵਰਣਨ ਵੀ ਕਰੀਏ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਪ੍ਰਸ਼ਾਸਨ ਕਰਨ ਦੀ ਕਲਾ। ਅੱਜ ਕਈ ਵਿਅਕਤੀ ਸਿਰਫ ਦੂਸਰਿਆਂ 'ਤੇ ਆਰਡਰ ਕਰਕੇ ਹੀ ਪ੍ਰਸ਼ਾਸਨ ਕਰਨਾ ਚਾਹੁੰਦੇ ਹਨ, ਪਰ ਨਹੀਂ, ਅਸੀਂ ਸਭ ਨੂੰ ਉਸਦੇ ਸਹੀ ਰੂਪ ਵਿੱਚ ਪਹਿਚਾਣੀਏ, ਸਭ ਦੀਆਂ ਵਿਸ਼ੇਸ਼ਤਾਵਾਂ ਨੂੰ, ਸਭ ਦੇ ਗੁਣਾਂ ਨੂੰ ਜਾਣੀਏ,
ਕਿਉਂਕਿ ਹਰ ਆਤਮਾ ਪਰਮਾਤਮਾ ਦੀ ਸੰਤਾਨ ਹੋਣ ਦੇ ਕਾਰਨ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ, ਕੋਈ ਨਾ ਕੋਈ ਵਿਸ਼ੇਸ਼ਤਾ ਜ਼ਰੂਰ ਹੈ। ਸੋ ਜਦੋਂ ਅਸੀਂ ਉਸਨੂੰ ਸਮਝ ਕੇ ਉਸਨੂੰ ਕੰਮ ਵਿੱਚ ਲਿਆਵਾਂਗੇ ਤਾਂ ਇੱਕ ਤਰ੍ਹਾਂ ਨਾਲ ਉਸ ਵਿਅਕਤੀ ਦੀ ਵਿਸ਼ੇਸ਼ਤਾ ਜਾਂ ਗੁਣਾਂ ਦੇ ਵਿੱਚ ਨਿਖਾਰ ਆਏਗਾ, ਜਿਸ ਦੇ ਨਾਲ ਉਹ ਵਿਅਕਤੀ ਬੜੇ ਪਿਆਰ ਨਾਲ ਸਾਡਾ ਕਹਿਣਾ ਵੀ ਮੰਨ ਸਕਦਾ ਹੈ। ਸੋ ਪ੍ਰਸ਼ਾਸਨ ਕਰਨ ਦੀ ਕਲਾ ਅਸੀਂ ਤਾਂ ਹੀ ਸਿੱਖ ਸਕਦੇ ਹਾਂ ਜਦੋਂ ਇਸ ਦੇ ਨਾਲ ਨਾਲ ਅਸੀਂ ਸਭ ਨੂੰ ਸਨਮਾਨ ਦੇਈਏ, ਸਭ ਨੂੰ ਪਿਆਰ ਦੇਈਏ। ਓਮ ਸ਼ਾਂਤੀ।